नमस्कार, सत श्री अकाल दोस्तों। पंजाब एजुकेशन हब दे विच तुहाडा स्वागत है। हर रोज़ सिक्स्थ पे कमीशन नूं लैके नवी नवी अपडेट्स जारी हुंदियां ने, ते साडा इह मकसद है वी ओह अपडेट्स तो तुहानूं रूबरू किता जावे। कल यूटी मुलाजम पेंशनर सांझे फ्रंट दी ते पंजाब सरकार नाल इक मीटिंग होई सी, ते ओह मीटिंग दे विच कुछ सहमतियां मन्नियां गईयां सी ते कुछ नहीं मन्नियां गईयां सी। तो बाकी मंगां दी प्राप्ति लई मोरिंडा दे विच पक्का मोर्चा जारी रखण दा फैसला किया गया सी। उन्हां दे मद्देनज़र ही कुछ जिहड़ियां संस्थावां उन्हां दे नाल समूह सांझा फ्रंट दे नाल जुड़ियां होईयां ने, वह हर रोज़ अपना अपना एक कोई ना कोई पक्ष रखदियां ने जां उन्हां दे साथ देण दा वादा करदियां ने। ज्वाइंट एक्शन कमेटी भी अज एक पत्र जारी किया, जिस विच पंजाब सिविल सकत्तर विखे स्थित दफ्तरां दी समूह एसोसीएशनां ने ਉਹ ਪੱਤਰ ਜਾਰੀ ਕੀਤਾ ਹੈ। ਅਤੇ ਇਹ ਜਿਹੜਾ ਪੱਤਰ ਹੈ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਹੈ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਭੇਜਿਆ ਗਿਆ ਹੈ। ਪੱਤਰ ਦਾ ਜਿਹੜਾ ਵਿਸ਼ਾ ਹੈ ਉਹ ਹੈ ਕਲੈਰੀਕਲ ਕਾਮਿਆਂ ਦੀ ਰਾਜ ਪੱਧਰੀ ਜਥੇਬੰਦੀਆਂ ਵੱਲੋਂ ਦਿੱਤੀ ਬੰਦ ਦੀ ਕਾਲ ਦੇ ਸਨਮੁੱਖ ਮਿਤੀ 27/10/2021 ਤੋਂ ਮਿਤੀ 31/10/2021 ਤੱਕ ਕਲਮ ਛੋੜ ਕੰਪਿਊਟਰ ਅਤੇ ਆਨਲਾਈਨ ਕੰਮਾਂ ਬੰਦ ਕਰਕੇ ਹੜਤਾਲ ਵਿੱਚ ਸ਼ਾਮਲ ਹੋਣ ਸੰਬੰਧੀ ਨੋਟਿਸ ਹੈ। ਇਹ ਪੱਤਰ ਵਿੱਚ ਲਿਖਿਆ ਗਿਆ ਹੈ, ਸ਼੍ਰੀਮਾਨ ਜੀ, ਆਪ ਜੀ ਦਾ ਧਿਆਨ ਕਲੈਰੀਕਲ ਕਾਮਿਆਂ ਦੀ ਰਾਜ ਪੱਧਰੀ ਜਥੇਬੰਦੀਆਂ ਦੀ ਨੋਟਿਸ ਮਿਤੀ 28/9/2021 ਅਤੇ ਨੋਟਿਸ ਮਿਤੀ 25/10/2021 ਵੱਲ ਦਵਾਉਂਦੇ ਹੋਏ ਲਿਖਿਆ ਜਾਂਦਾ ਹੈ ਕਿ 6ਵੇਂ ਤਨਖਾਹ ਕਮਿਸ਼ਨ ਵਿੱਚ ਪਾਈਆਂ ਗਈਆਂ ਖਾਮੀਆਂ ਨੂੰ ਦੂਰ ਕਰਨ ਅਤੇ ਮੁਲਾਜ਼ਮਾਂ ਦੀਆਂ ਹੋਰ ਜਾਇਜ਼ ਹੱਕੀ ਮੰਗਾਂ ਸੰਬੰਧੀ ਆਫੀਸਰਸ ਪੈਨਲਸ ਵੱਲੋਂ ਮਿਤੀ 8/10/21 ਅਤੇ ਮਿਤੀ 18/10/21 ਨੂੰ ਅਤੇ ਪੰਜਾਬ ਸਿਵਲ ਸਕੱਤਰ ਸਟਾਫ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗਾਂ ਦੌਰਾਨ ਆਫੀਸਰਸ ਪੈਨਲਸ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਸੁਣਵਾਈ ਕਰਦੇ ਹੋਏ ਇਹਨਾਂ ਮੰਗਾਂ ਨੂੰ ਛੇਤੀ ਪ੍ਰਵਾਨ ਕਰਾਉਣ ਲਈ ਹਾਮੀ ਭਰੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਫੀਸਰਸ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕੀਤੀ ਗਈ ਇਹ ਕਾਰਵਾਈ ਦੀ ਕੋਈ ਵੀ ਰਿਪੋਰਟ ਅਜੇ ਤੱਕ ਜਾਰੀ ਨਹੀਂ ਹੋਈ ਹੈ, ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸੀ ਪੱਤਰ ਦੇ ਵਿੱਚ ਕੋਲਮ 2 ਦੇ ਵਿੱਚ ਲਿਖਿਆ ਗਿਆ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਉਪਰੰਤ ਬਾਰ ਬਾਰ ਲਗਾਏ ਜਾਣ ਵਾਲੇ ਲਾਰਿਆਂ ਤੋਂ ਤੰਗ ਆ ਕੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰਤ ਵਿਖੇ ਸਥਿਤ ਦਫ਼ਤਰਾਂ ਦੀ ਸਮੂਹ ਐਸੋਸੀਏਸ਼ਨਾਂ ਵੱਲੋਂ ਮਿਤੀ 27/10/2021 ਤੋਂ 31 ਤੱਕ ਕਲੈਰੀਕਲ ਕਾਮਿਆਂ ਦੀ ਰਾਜ ਪੱਧਰੀ ਜਥੇਬੰਦੀਆਂ ਵੱਲੋਂ ਹੜਤਾਲ ਕਰਨ ਦੀ ਦਿੱਤੀ ਕਾਲ ਵਿੱਚ ਸ਼ਾਮਲ ਹੁੰਦੇ ਹੋਏ ਸਕੱਤਰਤ 1 ਅਤੇ 2 ਦੀ ਬਿਲਡਿੰਗ ਵਿੱਚ ਸਥਿਤ ਸਮੂਹ ਦਫ਼ਤਰਾਂ ਦੇ ਕੰਪਿਊਟਰ ਅਤੇ ਆਨਲਾਈਨ ਕੰਮ ਬੰਦ ਰੱਖਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਐਕਸ਼ਨ ਲਈ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਦੋਸਤੋ, ਪੇ ਕਮਿਸ਼ਨ ਨੂੰ ਲੈ ਕੇ ਅਤੇ ਸਰਕਾਰ ਦੀਆਂ ਹੋਰ ਨੋਟੀਫਿਕੇਸ਼ਨਾਂ ਨੂੰ ਲੈ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਹੌਸਲੇ ਅਫਜਾਈ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ।